ਆਜੋ ਭਾਜੀ ਅਜੇ ਭੂਤ ਅੰਦਰ ਹੀ ਹੈ ਬਿੰਨੂ ਵੀਰੇ ਮੈਂ ਇਦਾਂ ਕਹਿੰਦਾ ਸੀ ਇਹੋ ਜਿਹਾ ਭੂਤ ਮੈਂ ਕਹਿੰਦਾ ਸਿਨੇਮੇ 6 ਮਹੀਨਾ ਬਾਅਦ ਲਿਆ ਆਇਆ ਸੱਚੀ ਗੱਲ ਹੈ ਵੀਰੇ ਬਹੁਤ ਟਾਈਮ ਬਾਅਦ ਇਦਾਂ ਦੀ ਇੱਕ ਕਮੇਡੀ ਫਿਲਮ ਵੇਖੀ ਠੀਕ ਲੱਗੀ ਠੀਕ ਲੱਗੀ ਬਹੁਤ ਸਾਡੇ ਹੱਥ ਦਾ ਸਾਰੇ ਤਾੜੀਆਂ ਮਾਰ ਮਾਰ ਕੇ ਲਾਲ ਹੋ ਗਏ ਬਹੁਤ ਟਾਈਮ ਬਾਅਦ ਕਿਸੇ ਫਿਲਮ ਸ਼ੁਕਰੀਆ ਰਾਈਟ ਸੋ ਭਾਈ ਜੋ ਸੁਮੀਰ ਭਾਜੀ ਦਾ ਜੋ ਮੈਜਿਕ ਆ ਸਿਨੇਮੇ ਦੇ ਵਿੱਚ ਹਨਾ ਸੋ ਉਹ ਮੈਜਿਕ ਅਸੀਂ ਹੁਣੇ ਵੇਖਿਆ ਆ ਇਹ ਬਰਕਰਾਰ ਆ ਕਈ ਸਾਲਾਂ ਤੋਂ ਹਨਾ ਸੁਮੀਰ ਕੰਗ ਭਾਜੀ ਤੋਂ ਆਪਾਂ ਜੇ ਸ਼ੁਰੂਆਤ ਕਰੀਏ ਔਰ ਉਹਨਾਂ ਦੀ ਕਲਾ ਬਾਰੇ ਤੁਸੀਂ ਕੀ ਸੋਚਦੇ ਹੋ ਸਭ ਤੋਂ ਵੱਡੀ ਗੱਲ ਤਾਂ ਮੋਟੇ ਜਿਹੇ ਭਾਈ ਬਾਰੇ ਮੈਂ ਕਹਿ ਕਹਿਣਾ ਲਵਲੀ ਪਰਸਨ ਜੈਮ ਆਫ ਅ ਪਰਸਨ ਸਾਡੇ ਤਾਂ ਸਾਰਾ ਕਿਉਂਕਿ ਉਹੀ ਨੇ ਹੈ ਨਾ ਬਹੁਤ ਸਾਡੇ ਇਸ ਸ਼ਿਫਟ ਦੇ ਤਾਂ ਇੰਨਾ ਕਮਾਲ ਦਾ ਕੰਮ ਕਰਦੇ ਨੇ ਤੁਸੀਂ ਔਰ ਸਭ ਤੋਂ ਵੱਡੀ ਗੱਲ 100 ਕਰੋੜ ਦੀ ਫਿਲਮ ਦੇਣ ਵਾਲੇ ਪੰਜਾਬੀ ਇੰਡਸਟਰੀ ਨੂੰ ਉਹੀ ਨੇ ਅਤੇ ਸਾਡੇ ਤਾਂ ਹੁਣ ਇੰਨੀਆਂ ਰਮਜਾਂ ਸਾਂਝੀਆਂ ਨੇ ਸਾਰਿਆਂ ਦੀਆਂ ਅਸੀਂ ਅੱਖ ਦਾ ਇਸ਼ਾਰਾ ਸਮਝ ਜਾਂਦੇ ਹਾਂ ਪਰ ਮੈਨੂੰ ਮੇਰੇ 'ਚ ਉਹ ਕੌਨਫੀਡੈਂਸ ਫਰੈਂਕਲੀ ਅਸਾਂ ਨਹੀਂ ਸੀਗਾ ਮੂਵੀ ਦੇਖਣ ਤੋਂ ਪਹਿਲਾਂ ਥੋੜ੍ਹਾ ਜਿਹਾ ਡਰ ਲੱਗਦਾ ਹੁੰਦਾ 10ਵੀਂ ਦਾ ਪੇਪਰ ਦੇ ਕੇ ਨਾ ਉਸ ਤੋਂ ਬਾਅਦ ਰਿਜ਼ਲਟ ਦਾ ਡਰ ਲੱਗਦਾ ਹੁੰਦਾ ਅੱਜ ਪਹਿਲੀ ਵਾਰੀ ਥੋੜ੍ਹਾ ਜਿਹਾ ਕੌਨਫੀਡੈਂਟ ਦੇਖਿਆ ਤੁਹਾਨੂੰ ਲੱਗਦਾ ਹੁਣ ਵੀ ਕੌਨਫੀਡੈਂਸ ਨਾਲ ਗੱਲ ਕਰ ਰਿਹਾ ਮੈਂ ਮੈਨੂੰ ਤਾਂ ਬਹੁਤ ਵਧੀਆ ਲੱਗੀ ਮੈਨੂੰ ਆਪਦਾ ਕੰਮ ਬਹੁਤ ਘੱਟ ਵਧੀਆ ਲੱਗਦਾ ਹੁੰਦਾ ਵੈਸੇ ਪਰ ਅੱਜ ਟੋਟੈਲਿਟੀ ਦੇ ਵਿੱਚ ਮੂਵੀ ਮੈਨੂੰ ਬਹੁਤ ਵਧੀਆ ਲੱਗੀ ਔਰ ਇਹ ਵਧਾਈਆਂ ਜਾਂਦੀਆਂ ਨੇ ਸਾਡੇ ਸੁਮੀਰ ਕੰਗ ਸਾਹਿਬ ਨੂੰ ਕਿਉਂਕਿ ਕਨਸੀਵ ਇਹ ਆਈਡੀਆ ਉਹਨਾਂ ਨੇ ਕੀਤਾ ਸੀ ਸਕ੍ਰਿਪਟ ਉਹਨਾਂ ਦੀ ਸੀ ਔਰ ਰਾਜੂ ਵਰਮਾ ਜੀ ਦੇ ਡਾਇਲੋਗ ਨੇ ਸਾਡੇ ਭਰਾ ਨੇ ਕਮਾਲ ਕਰਤੀ ਔਰ ਤੁਸੀਂ ਜਦੋਂ ਹੱਸ ਰਹੇ ਸੀਗੇ ਤਾਂ ਹਾਸਿਆਂ ਨਾਲ ਸਾਨੂੰ ਆਸ਼ੀਰਵਾਦ ਮਿਲ ਰਿਹਾ ਸੀ ਉੱਥੇ ਬੈਠੀ ਤਾਂ ਅਸੀਂ ਬੂਸਟ ਅਪ ਹੋ ਰਹੇ ਸੀ ਵੀ ਚਲੋ ਬਾਬਾ ਕਿਰਪਾ ਕਰੇ ਯਾਰ ਸਾਡੀ ਕਲਾ ਨੂੰ ਭਾਗ ਲਾਉਣ ਬਾਬਾ ਹੈ ਨਾ ਹੋਰ ਅਸੀਂ ਵਧੀਆ ਵਧੀਆ ਫਿਲਮਾਂ ਲੈ ਕੇ ਆਈਏ ਅਤੇ ਬਸ ਚੜ੍ਹਦੀ ਕਲਾ 'ਚ ਰਹੋ ਇੰਨਾ ਪਿਆਰ ਦੇਣ ਲਈ ਬਸ ਇਹੀ ਇਹੀ ਤੁਹਾਡੇ ਥਰੂ ਮੈਂ ਕਹਿਣਾ ਚਾਹੁੰਦਾ ਕਿਉਂਕਿ ਤੁਸੀਂ ਇੱਕ ਵਾਰੀ ਬੋਲ ਕੇ ਸਾਰੇ ਸੁਣ ਵੀ ਰਹਿਣਗੇ ਤੁਹਾਨੂੰ ਸੱਚੀ ਦੱਸੋ ਕਿਵੇਂ ਲੱਗੀ ਲਵ ਯੂ ਵੀਰੇ ਬਸ ਇਹੀ ਬੇਨਤੀ ਹੈ ਤੁਹਾਡੇ ਥਰੂ ਵੀ ਜਿਹਨਾਂ ਨੇ ਨਹੀਂ ਦੇਖੀ ਇੱਕ ਵਾਰੀ ਜ਼ਰੂਰ ਜਾ ਕੇ ਦੇਖ ਕੇ ਆਉਣ ਅਤੇ ਜੇ ਫਿਲਮ ਵਧੀਆ ਲੱਗੀ ਤਾਂ ਆਲੇ ਦੁਆਲੇ ਇੰਨੇ ਕੁ ਸਪਰੈਡ ਕਰ ਦਿਓ ਕਿਉਂਕਿ ਤੁਹਾਡੀ ਬਦੌਲਤੀ ਯਾਰ ਤੁਸੀਂ ਇੰਨਾ ਪਿਆਰ ਕਰਦੇ ਹੋ ਸਾਰੇ ਲੋਕ ਜਿੰਨਾ ਸਾ ਨਾ ਸਾਨੂੰ ਮੁਹੱਬਤ ਕਰਦੇ ਹੋ ਅਸੀਂ ਤੁਹਾਡੀ ਕਸੌਟੀ 'ਤੇ ਪੂਰੇ ਉਤਰੇ ਹਾਂ ਤੁਹਾਡੇ ਪੈਸੇ ਵਸੂਲ ਨੇ ਕਰੀ ਜਾ ਕੇ ਦੇਖ ਕੇ ਆਓ ਸਿਨੇਮਾ ਘਰ ਭਰ ਦਿਓ ਅਤੇ ਉਹੀ ਸਾਡੇ ਵਾਸਤੇ ਬਲੈਸਿੰਗ ਭਾਈ ਜੋ ਐਂਡ 'ਚ ਤੁਸੀਂ ਸੀਰੀਅਸ ਐਕਟਿੰਗ ਕੀਤੀ ਆ ਉਹ ਬਹੁਤ ਲਾਜਵਾਬ ਸੀ ਵਧੀਆ ਲੱਗੀ ਜੀ ਬਹੁਤ ਕੈਮਰਾ ਰਾਈਟ ਸੋ ਭਾਈ ਇੱਕ ਨਾ ਜਿਹੜੀ ਕੰਪਨੀਆਂ ਵਾਲੀ ਗੱਲ ਆ ਕਦੇ ਬੰਦੇ ਤੁਹਾਨੂੰ ਵੀ ਟੱਕਰੇ ਜਾਂਦੇ ਮੈਂ ਅਸਲੀ ਗੱਲ ਦੱਸਦਾ ਰਾਣਾ ਰਣਵੀਰ ਕਰਦਾ ਸੀ ਆਪਣਾ ਰਾਣਾ ਰਣਵੀਰ ਉਦੋਂ ਇੱਕ ਕੰਪਨੀ ਆਈ ਸੀ ਰਾਣਾ ਰਣਵੀਰ ਤੋਂ ਅਸੀਂ ਭੱਜਣ ਲੱਗ ਗਏ ਸੀ ਅਸੀਂ ਫਰੈਂਡ ਸੀ ਮੈਂ ਕਿਹਾ ਯਾਰ ਉਹ ਗੱਲ ਨਾ ਕਰੀਏ ਉਹਨਾਂ ਨੇ ਬੜੇ ਨਰੇਸ਼ ਕਥੂਰੀਆ ਹੈ ਨਾ ਇਹ ਸਾਰੇ ਲੋਕ ਉਦੋਂ ਕਰਦੇ ਸੀਗੇ ਕੰਪਨੀ ਚੱਲੀ ਸੀ ਕੰਪਨੀ ਦਾ ਨਾਮ ਕੰਪਨੀ ਪ੍ਰਮੋਟ ਨਹੀਂ ਕਰਨੀ ਸੋ ਦੂਜੀ ਗੱਲ ਇਹ ਤੁਸੀਂ ਦੇਖਿਆ ਹੋਣਾ 4-5 ਸਾਲ ਪਹਿਲਾਂ ਕੋਰੋਨਾ ਵਾਇਰਸ ਆਇਆ ਸੀ ਨਾ ਉਹ ਬਹੁਤ ਵਧੀਆ ਸੀਗਾ ਵੱਡਾ ਹੋ ਗਿਆ ਸੀ ਬਹੁਤ ਉਵੇਂ ਹੁਣ ਜੱਗੀ ਤੂਰੀ ਵੱਡਾ ਹੋਈ ਜਾਂਦਾ ਉਹ ਭਰਾ ਲਈ ਤਾਂ ਯਾਰ ਖਾਸ ਤੌਰ ਤੇ ਤਾੜੀਆਂ ਕਿਉਂਕਿ ਨਾ ਜਦੋਂ ਕੋਈ ਨਵੀਂ ਅਸੀਂ ਵੀ ਕਿਸੇ ਵਾਸਤੇ ਕਦੇ ਨਵੇਂ ਸੀਗੇ ਤੇ ਵੀਰ ਨੇ ਹੁਣ ਤੋਂ ਕੰਮ ਸਟਾਰਟ ਕੀਤਾ ਅਤੇ ਭਾਵਨਾ ਜੀ ਦੀ ਦੂਜੀ ਫਿਲਮ ਹੈ ਇਹਨਾਂ ਲਈ ਜ਼ਿਆਦਾ ਗੁੱਡ ਲੱਕ ਅਤੇ ਸਾਡੀ ਇੰਡਸਟਰੀ 'ਚ ਆਉਣ ਲਈ ਵੈਲਕਮ ਇਹਨਾਂ ਦਾ ਬਹੁਤ ਸਵਾਗਤ ਬਹੁਤ ਤਰੱਕੀ ਕਰਨ ਬਹੁਤ ਸਾਰੀਆਂ ਦਵਾਵਾਂ ਇਹਨਾਂ ਲਈ ਬਾਬਾ ਇੰਨਾ ਕਰੇ ਇਹਨਾਂ ਨੂੰ ਵੀ ਇਹਨਾਂ ਕੋਲ ਟਾਈਮ ਨਾ ਹੋਵੇ ਜੇ ਅਸੀਂ ਉਹ ਮੰਗੀਏ ਸਾਡੇ ਵਾਸਤੇ ਟਾਈਮ ਨਾ ਹੋਵੇ ਬਾਬਾ ਐਡੇ ਵੱਡੇ ਕਰੇ ਇਹਨਾਂ ਦੋਨਾਂ ਨੂੰ ਹੈ ਨਾ ਅਤੇ ਜੱਗੀ ਨੇ ਕਮਾਲ ਕਰਤੀ ਜੱਗੀ ਥੀਏਟਰ ਦੇ ਵਿੱਚੋਂ ਮੇਰਾ ਉਹਦਾ ਜੂਨੀਅਰ ਭਰਾ ਹੈ ਜੀ ਮੇਰਾ ਪਰ ਡਾਕਟਰੇਟ ਕੀਤੀ ਹੋਈ ਹੈ ਟ੍ਰੇਨਡ ਐਕਟਰ ਹੈਗਾ ਇੱਕ ਹੈ ਨਾ ਤਾਂ ਤਾੜੀ ਜੱਗੀ ਵਾਸਤੇ ਬੀਐਨ ਸ਼ਰਮਾ ਜੀ ਮੈਨੂੰ ਲੱਗਦਾ ਤੁਹਾਨੂੰ ਸੱਚੀ ਨਾ ਭੂਤ ਭਜਾਨ ਨੂੰ ਬੁਲਾਉਣ ਲੱਗਾ ਦੇਖੋ ਜਿੱਦਾਂ ਬੀਨੂ ਜੀ ਕਹਿ ਰਹੇ ਸੀਗੇ ਸਮੀਪ ਕੰਗ ਜੀ ਨੇ ਕੈਰੀ ਔਨ ਜੱਟਾ ਬਣਾਈ ਸੀਗੀ ਪਹਿਲੀ ਦੂਸਰੀ ਤੀਸਰੀ ਔਰ ਜਦੋਂ ਵੀ ਅਸੀਂ ਕੋਈ ਕਾਮੇਡੀ ਫਿਲਮ ਦੀ ਗੱਲ ਕਰਦੇ ਹਾਂ ਤਾਂ ਮਾਈਲ ਸਟੋਨ ਕੈਰੀ ਔਨ ਜੱਟਾ ਹੀ ਹੈ ਉਸ ਫਿਲਮ ਤੋਂ ਬਾਅਦ ਇਹ ਜਿਹੜੀ ਫਿਲਮ ਹੈ ਜਿਉਂਦੇ ਰਹੋ ਭੂਤ ਜੀ
ਮੈਨੂੰ ਲੱਗਿਆ ਹੈ ਕਿ ਇਹ ਉਹਦਾ ਜੁੜਵਾਂ ਭਰਾ ਹੈ। ਕੀ ਬਾਤ ਹੈ, ਕੀ ਬਾਤ ਹੈ, ਸ਼ੁਕਰ ਵਾਹਿਗੁਰੂ ਜੀ। ਅਸੀਂ ਐਦਾਂ ਨਾ ਕਹਿੰਦੇ ਵੀ ਜਿਉਂਦੇ ਰਹੋ ਸਮੀਪ ਜੀ ਭਾਜੀ, ਕਿ ਹਾਂ ਜਿਉਂਦੇ ਰਹੋ ਜੀ। ਸੱਚੀ ਬਹੁਤ ਉਹਦਾ ਐਡਾ ਸਾਨੂੰ ਭਰਾਵਾ ਲੋੜ ਹੈ ਉਸ ਬੰਦੇ ਦੀ। ਬਿਲਕੁਲ ਭਾਜੀ, ਇਹ ਦੁਆਵਾਂ ਆਪ ਜਦ ਅਸੀਂ ਗੁਰੂ ਘਰ ਜਾਂਦਾ ਜਾਂ ਕਿਤੇ ਜਾਂਦੇ ਆ, ਜਦੋਂ ਆਪਦੇ ਵਾਸਤੇ ਅਰਦਾਸ ਕਰੀਦੇ ਨਾ, ਸਮੀਪ ਬਾਈ ਵਾਸਤੇ ਜ਼ਿਆਦਾ ਅਰਦਾਸ ਕਰੀਦੇ ਆ ਵੀ ਉਹ ਬਾਬਾ ਬਹੁਤ ਭਾਗ ਲਾਵੇ ਸਾਡੀ ਇੰਡਸਟਰੀ ਨੂੰ, ਸਾਡੀ ਜ਼ੁਬਾਨ ਨੂੰ ਹੋਰ ਵੱਡਾ ਕਰਨ ਵਾਲਾ ਉਹ ਇਨਸਾਨ। ਅੱਛਾ ਭਾਈ, ਮੈਂ ਪੁੱਛਣ ਜਿਹੜੀ ਯਾਰੀ ਵਾਲੀ ਬੌਂਡਿੰਗ ਆ, ਆਫ ਦੀ ਕੈਮਰਾ ਵੀ ਉਦਾਂ ਹੀ ਜਿੱਦਾਂ ਤੁਸੀਂ ਪੰਚ ਮਖੌਲ ਕਰਦੇ ਹੋ, ਉਹ ਜ਼ਿਆਦਾ ਹੈ। ਅੱਛਾ, ਹੁਣ ਵੀ ਮੈਨੂੰ ਕਹਿੰਦੇ ਸੀ, ਹੁਣ ਤਾਂ ਮੈਂ ਸਮੀਪ ਕੰਗ ਸਾਹਿਬ ਨਾਲ ਗੱਲ ਕਰ ਰਿਹਾ ਸੀ ਉਦੋਂ, ਤੇ ਉਦਾਂ ਹੀ ਯਾਰੀ ਯਾਰੀ ਜਿਵੇਂ ਨਾ ਇੱਕ ਛੋਟੀ ਜਿਹੀ ਗੱਲ ਸੀ, ਪਹਿਲਾਂ ਭਾਵਨਾ ਹੀ ਬੈਠਣ ਲੱਗੇ, ਭਾਵਨਾ ਹੀ ਨਾ ਆਪਦਾ ਛੱਡ ਕੇ ਉਹਨਾਂ ਨੂੰ ਬਿਠਾਉਣ ਲੱਗੇ ਤੇ ਮੈਂ ਕਿਹਾ ਮੈਂ ਡਾਇਰੈਕਟਰ ਨਾਲ ਮੂਵੀ ਦੇਖਣੀ ਨਹੀਂ, ਮੈਂ ਤਾਂ ਹੀਰੋਇਨ ਨਾਲ ਦੇਖਣੀ, ਮੈਂ ਕਿਹਾ ਤੁਸੀਂ ਪਰਾਂ ਚਲੋ ਮੈਂ ਉੱਠ ਗਿਆ, ਤੇ ਅੱਧੀ ਮੂਵੀ ਬਣੀ, ਮੈਂ ਕਿਹਾ ਭਾਜੀ ਬਣ ਬਣਾ ਤਾਂ ਤੁਸੀਂ ਠੀਕ ਲੈਂਦੇ ਹੋ ਹੈਨਾ। ਉਹ ਬੌਂਡਿੰਗ ਸਾਡੇ ਆਪਣੇ 'ਚ ਪਿਆਰ, ਭਰਾਵਾਂ ਵਾਲਾ ਪਿਆਰ ਹੈ ਨਾ, ਉਹ ਮੁਹੱਬਤ ਬਾਬਾ ਇੱਦਾਂ ਹੀ ਬਣਾ ਕੇ ਰੱਖੇ ਹੈ ਨਾ, ਤਾਂ ਔਰ ਉਹਨਾਂ ਨੂੰ ਇੱਦਾਂ ਹੀ ਬਾਬਾ ਉਹਨਾਂ ਦੇ ਦਿਮਾਗ 'ਤੇ ਇੱਦਾਂ ਹੀ ਕਿਰਪਾ ਕਰ, ਮੈਨੂੰ ਤਾਂ ਲੱਗਦਾ ਵੀ ਸਾਨੂੰ ਸਾਰੀ ਇੰਡਸਟਰੀ ਨੂੰ ਉਹਨਾਂ ਦੇ ਸਿਰ 'ਤੇ ਹੈਲਮਟ ਪਾ ਦੇਣਾ ਚਾਹੀਦਾ, 60-70 ਲੱਗ ਜਾਏਗਾ, ਇੰਨੀ ਵਧੀਆ ਸੋਚ ਹੈ ਉਹਨਾਂ ਦੀ, ਕਾਮੇਡੀ ਦੀ ਇੰਨੀ ਸੈਂਸ ਹੈ। ਜੇ ਕੋਈ ਇੱਕ ਪੰਚ ਅਸੀਂ ਆਪਣੇ ਕੋਲ ਲਾਈਏ ਤਾਂ ਇੱਕ ਸਕਿੰਟ ਸੋਚ ਕੇ ਉਹ ਕਹਿ ਦਿੰਦੇ ਇਹ ਵਰਕ ਕਰੇਗਾ ਜਾਂ ਨਹੀਂ ਕਰੇਗਾ। ਕਿਆ ਬਾਤ, ਉਹਨਾਂ ਦਾ ਰਾਈਟ। ਸੋ ਸਾਨੂੰ ਪਤਾ ਹੀ ਲੱਗਿਆ ਵੀ ਜਿਵੇਂ ਤੁਸੀਂ ਨੋਰਮਲ ਗੱਲ ਕਰਦੇ ਆਪਾਂ ਹੈ ਨਾ ਬੱਸ ਦੇ ਵਿੱਚ, ਉਹਦੇ ਵਿੱਚ ਉਹ ਸੁਮੀਤ ਭਾਅ ਜੀ ਕਰ ਲੈਂਦੇ ਆ ਬੰਚ, ਤਾਂ ਤੁਸੀਂ ਕਦੇ ਮਤਲਬ ਆਪਣੀ ਕੋਈ ਫੀਸ ਜਮ੍ਹਾਂ ਲਾਉਣ ਲੱਗੇ ਹੋ, ਮਤਲਬ ਵੀ ਅੱਜ ਸਾਡੇ ਨਾਲ ਬਹਿਣਾ ਆ ਤਾਂ ਇੰਨੀ ਰਕਮ ਜਮ੍ਹਾਂ ਕਰਾਓ ਫਿਰ? ਨਹੀਂ ਨਹੀਂ, ਟੋਟੈਲਿਟੀ ਦੇ ਵਿੱਚ ਨਾ ਟੱਬਰ ਇਕੱਠਾ ਹੁੰਦਾ, ਟੱਬਰ ਦੇ ਟੱਬਰ ਨੇ ਉਹ ਰੱਖਿਆ ਹੁੰਦਾ ਇੱਕ ਵੀ ਇੱਕ ਸਾਰਿਆਂ ਨੂੰ ਸਾਈਨ ਕਰ ਲਿਆ ਇੱਕ ਟੱਬਰ ਬਣ ਗਿਆ ਨਾ, ਮਾਲਾ ਬਾਈ ਜੀ ਬਣਾਉਂਦੇ ਨੇ ਸਾਡੇ ਸਮੀਪ ਕੰਗ ਸਾਹਿਬ, ਅਸੀਂ ਮਣਕੇ ਹਾਂ, ਜਦੋਂ ਸਾਰਾ ਟੱਬਰ ਇੱਕ ਮਾਲਾ ਬਣ ਜਾਂਦਾ ਜੀ, ਫਿਰ ਉਹਨਾਂ ਦੀ ਇਹ ਖਾਸੀਅਤ ਹੈ, ਮੈਨੂੰ ਜਿਹੜੀ ਲੱਗਦੀ ਹੈ ਖਾਸੀਅਤ ਕੀ ਹੈ ਉਹਨਾਂ ਦੀ, ਕੋਈ ਵੀ ਸੀਨ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਬਿਠਾ ਕੇ ਨਰੇਟ ਕਰਦੇ ਨੇ ਅਤੇ ਇੰਪਰੋਵਾਈਜ਼ ਕਰਾਉਂਦੇ ਨੇ ਵੀ ਕੀ ਹੋਰ ਨਿਕਲ ਸਕਦਾ, ਕੀ ਹੋਰ ਨਿਕਲ ਸਕਦਾ। ਜਿਹੜੀ ਗੱਲ ਗੁੱਡ ਹੋਵੇ ਉਹਦੇ ਪਿੱਛੇ ਦੁਬਾਰਾ ਵੀ ਰੀਸ਼ੂਟ ਕਰ ਲੈਂਦੇ ਨੇ, ਕਹਿੰਦੇ ਨਹੀਂ ਇਹ 'ਚ ਹਾਸਾ ਭਾਅ ਜੀ ਆਪਾਂ ਦੁਬਾਰੇ ਪਾਈਏ, ਤਾਂ ਉਹਨਾਂ ਦੇ ਸਦਕੇ ਉਹਨਾਂ ਦੇ, ਉਹ ਕੋਈ ਫਸੀ ਡਾਇਰੈਕਟਰ ਨਹੀਂ ਹੈਗੇ ਵੀ ਜੋ ਹਮਨੇ ਬੋਲ ਦਿਆ ਉਹੀ ਹੋਊਗਾ, ਉਹ ਨਹੀਂ ਹੈਗਾ ਨਾ ਨਾ, ਉਹਨਾਂ ਉਹ ਤਾਂ ਇੰਨੇ ਰਿਲੈਕਸ ਕਿਸੇ ਦੀ ਵੀ ਮੰਨ ਲੈਂਦੇ ਨੇ, ਕੋਈ ਛੋਟਾ ਕੋਈ ਵੱਡਾ ਸਾਰੇ ਇੱਕ ਬਰਾਬਰ ਹੁੰਦੇ ਆ ਉਹਨਾਂ ਦੇ ਸੈੱਟ 'ਤੇ, ਇਹ ਖਾਸੀਅਤ ਉਹਨਾਂ ਦੀ, ਸਾਰੇ ਇੱਕੋ ਜਿਹੀ ਰੋਟੀ ਖਾਂਦੇ ਆ, ਇੱਕੋ ਥਾਵੇਂ ਬੈਠਦੇ ਆ, ਅਤੇ ਸਦਕੇ ਮੇਰੇ ਭਰਾ ਦੇ ਬਾਬਾ ਇੱਦਾਂ ਹੀ ਰੱਖੇ ਇਹਨਾਂ ਨੂੰ ਸਾਰੇ, ਹੁਣ ਤਾਂ ਖੈਰ ਕੀ ਵਿਗੜਨਾ ਐਡੀ ਐਡੀ ਫਿਲਮਾਂ ਦੇ ਕੇ ਬਾਬਾ ਜੀ ਬਹੁਤ ਵਧੀਆ ਲੱਗਿਆ, ਓਬਵੀਅਸਲੀ ਭਾਵਨਾ ਜੀ ਬਹੁਤ ਟੈਲੈਂਟਡ ਨੇ ਔਰ ਸਭ ਤੋਂ ਵੱਡੀ ਬਹੁਤ ਸੋਹਣੀ ਕੁੜੀ ਹੈ, ਬਿਲਕੁਲ ਤਾਂ ਥੋੜੇ ਚ ਨਾ ਐਪਰੀਸ਼ੀਏਟ ਕਰਨ ਦਾ ਜਿਗਰਾ ਚਾਹੀਦਾ ਹੁੰਦਾ, ਕਿਸੇ ਨੂੰ ਦੂਜੇ ਨੂੰ ਕੋਈ ਐਪਰੀਸ਼ੀਏਟ ਕਰਦਾ ਨਹੀਂ, ਉਹਦੇ ਵਾਸਤੇ ਜਿਗਰਾ ਚਾਹੀਦਾ ਹੁੰਦਾ, ਤੋ ਇਹਨਾਂ ਦੀ ਬਿਊਟੀ ਦੀ ਕਦਰ ਕਰਨੀ ਚਾਹੀਦੀ ਹੈ ਸਾਨੂੰ, ਔਰ ਸਾਡੀ ਇੰਡਸਟਰੀ ਕੋਲ ਇੰਨੀ ਬਿਊਟੀਫੁਲ ਕੁੜੀ ਆਈ ਹੈ, ਸੋ ਤੁਹਾਡਾ ਵੈਲਕਮ ਐਂਡ ਬਹੁਤ ਸਾਰੀਆਂ ਮੁਬਾਰਕਾਂ। ਕਰਦੀਆਂ ਜਿੰਨਾ ਸਰ ਨੇ ਬੋਲਿਆ, ਐਂਡ ਸਮੀਪ ਸਰ, ਬੀ ਐਨ ਸ਼ਰਮਾ ਸਰ, ਇਹਨਾਂ ਨਾਲ ਸਕਰੀਨ ਸ਼ੇਅਰ ਕਰਨਾ, ਇਟ ਇਜ਼ ਇਹਨਾਂ ਨੂੰ ਨਹੀਂ ਛੱਡਣਾ, ਇਹਨਾਂ ਦਾ ਨਾਮ ਸਭ ਤੋਂ ਪਹਿਲੇ, ਅਤੇ ਇਹਨਾਂ ਨਾਲ ਸਕਰੀਨ ਸ਼ੇਅਰ ਕਰਨਾ ਸਾਰਿਆਂ ਦੇ ਨਾਲ, ਆਈ ਡੋਂਟ ਥਿੰਕ ਸੋ ਮੈਂ ਡਿਜ਼ਰਵ ਵੀ ਕਰਦੀ ਸੀ, ਬਟ ਆਈ ਐਮ ਸੋ ਬਲੈਸਡ ਕਿ ਮੈਨੂੰ ਇਹ ਚਾਂਸ ਮਿਲਿਆ। ਸਪੈਸ਼ਲ ਥੈਂਕਸ ਸਰ, ਥੈਂਕ ਯੂ ਸੋ ਮੱਚ, ਐਂਡ ਇੰਨਾ ਗ੍ਰੈਟ, ਲਾਈਕ ਮੈਨੂੰ ਇਹਨਾਂ ਨੇ ਫੀਲ ਹੀ ਨਹੀਂ ਹੋਣ ਦਿੱਤਾ ਕੁਛ ਵੀ, ਲਾਈਕ ਸੈੱਟ 'ਤੇ ਵੀ ਇੰਨਾ ਵਧੀਆ ਮਾਹੌਲ ਸੀਗਾ, ਜਿੰਨੀ ਇਹ ਤਾਰੀਫ ਕਰ ਦਿੰਦੇ ਮੈਨੂੰ, ਆਈ ਡੋਂਟ ਥਿੰਕ ਸੋ ਆਈ ਡਿਜ਼ਰਵ ਇਟ। ਸਟਾਰਟਿੰਗ ਦੇ ਵਿੱਚ ਨਰਵਸਨੈਸ ਸੀਗੀ, ਮਤਲਬ ਵਧੀਆ ਤਾਂ ਬਹੁਤ ਲੱਗ ਰਿਹਾ ਸੀ, ਬਟ ਅੱਜ ਤਾਂ ਇੰਨਾ ਇੱਕ ਵਧੀਆ ਲੱਗ ਰਿਹਾ ਨਾ ਸਕਰੀਨ 'ਤੇ ਦੇਖ ਕੇ ਵੀ, ਫਾਈਨਲੀ ਇੰਨੇ
ਮਿਹਨਤ ਕਰ ਰਹੇ ਸੀ ਲਾਈਕ ਕੋਵਿਡ ਦੇ ਟਾਈਮ ਤੋਂ ਸ਼ੁਰੂ ਹੋਈ ਹੋਈ ਸੀ, ਫਾਈਨਲੀ ਅੱਜ ਰਿਜ਼ਲਟ ਸਾਹਮਣੇ ਹੈ ਅਤੇ ਆਈ ਐਮ ਸ਼ੋਰ ਆਡੀਅੰਸ ਵਿਲ ਲਵ ਇਟ ਗਾਈਜ਼, ਗੋ ਵਾਚ ਇਟ ਆਊਟ। ਜੇ ਤੁਹਾਨੂੰ ਨਾ ਮਜ਼ਾ ਆਇਆ ਨਾ, ਮਾਰਕ ਮਾਈ ਵਰਡਸ ਦੈਟ ਯੂ ਵਿਲ ਲਵ ਦਿਸ ਫਿਲਮ ਫੋਰ ਸ਼ੋਰ। ਫਟਾਫਟ ਸਾਰੇ ਜਾਓ, ਫਰੈਂਡਸ ਨੂੰ ਲੈ ਕੇ, ਰਿਲੇਟਿਵਸ ਨੂੰ ਜਾ ਕੇ, ਇਹਨੂੰ ਸੁਪਰ ਡੁਪਰ ਹਿੱਟ ਬਣਾ ਦਿਓ। ਅਸੀਂ ਕੋਵਿਡ ਦੇ ਦੌਰਾਨ ਸ਼ੁਰੂ ਕੀਤੀ ਸੀ, ਜਿੱਦਾਂ ਭਾਵਨਾ ਜੀ ਨੇ ਕਿਹਾ, ਤਾਂ ਕੋਵਿਡ ਦੇ ਵਿਚਾਲੇ ਬੰਦ ਕਰਤੀ ਸੀ, ਪਤਾ ਕਿਉਂ ਬੰਦ ਕੀਤੀ ਸੀ? ਭਾਜੀ ਕਹਿੰਦੇ ਦੇਖ ਲੈਂਦੇ ਵੀ ਆਪਣੇ ਜੋ ਕਿੱਦਾਂ ਫੁੜਕਦਾ ਤਾਂ ਨਹੀਂ ਹੈਗਾ। ਨਹੀਂ ਪਰ ਜਾਂਦੇ ਰਹੋ। ਪਰ ਦੇਖੋ ਕਲਾ ਜਿਹੜੀ ਹੈਗੀ ਹੈ ਨਾ ਜੀ, ਕਲਾ ਮੈਂ ਤੁਹਾਨੂੰ ਭਾਜੀ ਦਾ ਕੰਮ ਸਾਡੇ ਸਾਰਿਆਂ ਨਾਲੋਂ ਘੱਟ ਹੈ, ਟਾਈਮਿੰਗ ਘੱਟ ਮਿਲੀ ਹੈ ਇਹਦੇ ਵਿੱਚ, ਪਰ ਜੋ ਕਲਾਕਾਰ ਹੁੰਦਾ ਇੱਕ ਵਾਰੀ ਭਾਜੀ ਨੇ ਜੋ ਚਿੱਬ ਕੱਢਿਆ ਭਾਜੀ, ਕਿਆ ਬਾਤ ਹੈ ਭਾਜੀ, ਸਲੂਟ ਆ ਤੁਹਾਨੂੰ ਭਾਜੀ। ਭਾਜੀ ਦੀ ਐਕਟਿੰਗ ਕਲਾ ਦੇਖਣ ਵਾਲੀ ਹੈ, ਮਾਣੋਗੇ ਤੁਸੀਂ ਉਹਨੂੰ ਸਿਨੇਮੇ ਵਿੱਚ। ਪਰ ਜੋ ਬਰੀਕੀਆਂ ਦੇਖੋ ਹੈ ਨਾ ਤੁਹਾਡੇ ਤੁਹਾਡੇ ਅੰਦਾਜ਼ੇ ਬਿਆਨ ਦੇ ਵਿੱਚ, ਤੁਸੀਂ ਜੋ ਲਫ਼ਜ਼ਾਂ ਵਿੱਚ ਪਰੋਇਆ, ਕਮਾਲ ਕਰਤੀ ਭਾਜੀ। ਅਸੀਂ ਬਹੁਤ ਸਾਰੇ ਫਿਲਮਾਂ ਦੇ ਪ੍ਰੀਮੀਅਰ ਵੀ ਵੇਖਦੇ ਹਾਂ, ਪਰ ਸੱਚੀ ਕਹਾਂ ਤਾਂ ਜ਼ਿੰਦਗੀ 'ਚ ਪਹਿਲੀ ਵਾਰੀ ਇੱਦਾਂ ਦਾ ਮਾਹੌਲ ਵੇਖਿਆ। ਅਰੇ ਕਿਆ ਬਾਤ ਹੈ, ਇਹ ਐਦਾਂ ਹੀ ਲੱਗਦਾ ਸਾਰੇ ਆਪਣੇ 'ਚ ਹੀ ਬੈਠੇ ਆ, ਪੜ੍ਹਨ ਆਪਾਂ ਗੱਲਾਂ ਬਾਤਾਂ ਹੀ ਕਰ ਰਹੇ ਹਾਂ। ਵੀਰੇ ਟੱਬਰੀ ਆ, ਇਹੀ ਕਨੇਡੀ ਆਪਣੇ 'ਚ ਇਹੀ ਹੈ। ਪਰ ਦੇਖੋ ਤੁਹਾਡੇ ਬਿਨਾਂ ਬਾਈ ਅਸੀਂ ਅਧੂਰੇ ਹਾਂ, ਸਿੰਪਲ ਗੱਲ ਹੈ ਨਾ, ਜਮੀ ਇਹ 'ਚ ਕੋਈ ਦੋ ਰਹਿਣ ਵਾਲੀ ਗੱਲ ਨਹੀਂ। ਅਤੇ ਇਹ ਆਪਾਂ ਜਿਹੜਾ ਵੀ ਕਰਮ ਕਰ ਰਹੇ ਹਾਂ, ਜਿਹੜਾ ਕਰਮ ਕਰਦੇ ਹਾਂ, ਉਹਨੇ ਸਾਨੂੰ ਰੋਜ਼ੀ ਰੋਟੀ ਲਾਇਆ ਹੋਇਆ, ਉਹਦੇ ਪ੍ਰਤੀ ਸਾਰਿਆਂ ਤੁਹਾਡੀ ਵੀ ਇਮਾਨਦਾਰੀ ਹੈ, ਸਾਡੀ ਵੀ ਵੀਰੇ ਇਮਾਨਦਾਰੀ ਹੈ। ਕੋਈ ਵੀ ਨਹੀਂ ਚਾਹੁੰਦਾ ਆਪਾਂ ਮਾੜਾ ਕਰਮ ਕਰੀਏ, ਆਪਦੇ ਵੱਲੋਂ ਹਮੇਸ਼ਾ ਹੀ ਸਾਰੀਆਂ ਫਿਲਮਾਂ ਹੀ ਵਧੀਆ ਬਣਾਉਂਦੇ ਹਾਂ, ਪਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਕਿਸੇ ਦੇ ਭਾਗ ਖੁੱਲ੍ਹ ਜਾਂਦੇ ਆ। ਸੋ ਅਸੀਂ ਸਾਰੇ ਬਲੈਸ ਹੈ, ਤੁਹਾਡੀਆਂ ਦੁਆਵਾਂ ਨੇ ਸਾਰਿਆਂ ਦੇ, ਤੁਹਾਡੀਆਂ ਦੁਆਵਾਂ ਨੇ ਵੀ ਇਹ ਵੀਰ ਤਰੱਕੀ ਕਰ ਰਹੇ, ਇਹਦੀ ਵੀ ਚੱਲੇ ਜੇ ਜਾ ਰਹੇ ਨਾ, ਸਾਡੇ ਐਵੇਂ ਬਾਬਾ ਕਿਰਪਾ ਕਰੇ, ਤੁਹਾਨੂੰ ਵਧੀਆ ਲੱਗੀ ਤਾਂ ਬਹੁਤ ਸ਼ੁਕਰੀਆ ਤੁਹਾਡਾ। ਆਡੀਅੰਸ ਨਾਲ ਵੀ ਅਸੀਂ ਸੰਸੀਅਰ ਹੈ, ਜਦੋਂ ਵੀ ਕੋਈ ਕੰਮ ਮਿਲਦਾ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਰੈਪੂਟੇਸ਼ਨ ਬਣੀ ਹੋਈ ਹੈ ਆਡੀਅੰਸ ਦੀ ਨਿਗਾਹ 'ਚ, ਉਹ ਬਣੀ ਰਹੇ। ਅੱਜ ਇੱਕ ਬੜੀ ਵਧੀਆ ਗੱਲ ਸੀ, ਅਸੀਂ ਦੋਨੇ ਤੁਰੇ ਆਉਂਦੇ ਸੀ, ਬਾਹ ਫੜੀ ਹੋਈ ਭਾਜੀ ਦੀ, ਭਾਜੀ ਨੇ ਇੱਕ ਸਹਿਜ ਹੀ ਇੱਕ ਗੱਲ ਕੀਤੀ, ਕਹਿੰਦੇ ਬਾਬਾ ਇੱਜ਼ਤ ਰੱਖ ਲੈ ਯਾਰ, ਆਪਣੇ ਕੰਮ ਤੇ ਮਾਣ ਹੈ ਵੀ ਅਸੀਂ ਵਧੀਆ ਕੰਮ ਕੀਤਾ, ਇਸ ਵਾਰੀ ਅੱਖਾਂ ਨੀਵੀਆਂ ਕਰਨ ਵਾਲੀ ਲੋੜ ਨੀ ਹੈਗੀ। ਬਹੁਤ ਸ਼ੁਕਰ ਹੈ ਵਾਹਿਗੁਰੂ। ਸਮੀਪ ਭਾਜੀ ਲਾਊਡ ਹੀ ਬੋਲਣਗੇ, ਭਾਜੀ ਬੋਲੋ ਕੁਛ। ਹਾਂਜੀ ਹਾਂਜੀ ਵੀਰੇ, ਇੱਕੋ ਬਸ ਇੱਕੋ ਬੇਨਤੀ ਤੁਹਾਡੇ ਸਾਰਿਆਂ ਮੂਹਰੇ, ਤੁਹਾਡੇ ਮੀਡੀਆ ਥਰੂ, ਤੁਹਾਨੂੰ ਜੇ ਵਧੀਆ ਲੱਗੀ ਤਾਂ ਇਹਨੂੰ ਸਪਰੈਡ ਕਰ ਦਿਓ ਤੁਹਾਡੀ ਆਪਣੀ ਫਿਲਮ ਹੈ। ਆਪਾਂ ਸਾਰੇ ਜਿਵੇਂ ਫੈਮਿਲੀ ਸਮਝਦੇ ਹਾਂ ਤਾਂ ਆਪਣੇ ਆਪ ਤੁਹਾਨੂੰ ਹੋਣਾ ਚਾਹੀਦਾ, ਤੁਹਾਨੂੰ ਵੀ ਐਂ ਲੱਗੇ ਆਪਣੇ ਸਾਰੇ ਕਨੈਕਟਡ ਹੈਗੇ ਕੋਈ ਨਾਲ, ਅਤੇ ਸਾਰਿਆਂ ਨੂੰ ਦੱਸੋ ਵੀ ਆਪਣੇ ਬੱਚਿਆਂ ਨਾਲ। ਔਰ ਦੇਖੋ ਤੁਸੀਂ ਵੱਡੀ ਗੱਲ, ਜਿਵੇਂ ਭਾਜੀ ਨੇ ਦੱਸੀ ਵੀ ਅਸੀਂ ਪੰਚ ਕ੍ਰੀਏਟ ਕਰਦੇ ਹਾਂ, ਕੋਈ ਇੱਕ ਵੀ ਬਲਗਰ ਡਾਇਲੋਗ ਲੱਗਿਆ ਵਿੱਚੋਂ? ਮੈਨੂੰ ਐਂ ਲੱਗਿਆ ਵੀ ਕਿਸੇ ਨੂੰ ਉੱਠ ਕੇ ਜਾਣਾ ਚਾਹੀਦਾ ਜਾਂ ਖਾਣੀ ਵੀ ਆ, ਇਹ ਗੱਲ ਦਾ ਖਾਸ ਖਿਆਲ ਲੱਗਦੇ ਨੇ ਭਾਜੀ ਸਦਕੇ, ਭਾਜੀ ਦੇ ਸਾਨੂੰ ਇੰਨਾ ਉਹ ਦੱਸਦੇ ਨੇ ਵੀ ਆਪਾਂ ਇੱਦਾਂ ਵਲਗੈਰਿਟੀ ਤੋਂ ਬਿਨਾਂ ਵੀ ਅੱਛੀ ਕਮੇਡੀ ਕਰ ਸਕਦੇ, ਹੈਲਦੀ ਕਮੇਡੀ ਕਰ ਸਕਦੇ। ਅੱਛਾ, ਤੁਹਾਨੂੰ ਟੀਚਰਾਂ ਨਾਲ ਤੁਹਾਨੂੰ ਖਾਸਾ ਪਿਆਰ ਲੱਗਦਾ ਕਿ ਪਹਿਲਾਂ ਵੀ ਫਿਲਮ ਵੇਖੀ, ਜੋ ਵੀ ਟੀਚਰ ਦਾ ਨਾਲ ਤੁਹਾਨੂੰ ਪਿਆਰ ਹੋ ਜਾਂਦਾ? ਪੜ੍ਹਾਈ ਨਾਲ ਬਹੁਤ ਪਿਆਰ ਹੈ ਮੈਨੂੰ, ਪੜ੍ਹਾਈ ਨਾਲ ਪਿਆਰ ਹੈ ਕਿ ਟੀਚਰ ਨਾਲ ਪਿਆਰ ਹੈ? ਇੱਕ ਦੋ ਟੀਚਰ ਨੇ ਤਾਂ ਆਪਣਾ ਨੌਵੀਂ ਵਿੱਦਿਆ ਰੱਖ ਲਿਆ।
ਮਨੀਸ਼ ਭਾਜੀ ਕਿਹੜੇ ਸਿਨੇਮਾ ਚ ਰਿਲੀਜ਼ ਹੋ ਰਹੀ ਹੈ, ਕਿੰਨੇ ਸਕਰੀਨਾਂ ਮਿਲੀਆਂ? ਵਰਲਡ ਵਾਈਡ ਸਭ ਜਗ੍ਹਾ ਲੱਗ ਰਹੀ ਹੈ। ਕੀ ਬਾਤ ਹੈ, ਐਵਰੀਵੇਅਰ ਲੱਗ ਰਹੀ ਹੈ ਸਭ ਜਗ੍ਹਾ। ਔਰ ਤੁਸੀਂ ਉਹੀ ਜਿੱਦਾਂ ਵੀਨੂ ਭਾਈ ਨੇ ਕਿਹਾ ਕਿ ਵਰਲਡ ਸਪਰੈਡ ਕਰੋ ਤਾਂ ਕਿ ਸਾਰੇ ਜਣੇ ਆਪਣੇ ਪਰਿਵਾਰ ਨਾਲ ਜਾਣ ਔਰ ਵੀਕਐਂਡ ਸੈਲੀਬ੍ਰੇਟ ਕਰਨ ਜਾਣਾ। ਕੀ ਬਾਤ ਭਾਈ, ਤੁਸੀਂ ਸਪੋਰਟ ਕਰਨ ਆਏ ਹੋ, ਤੁਹਾਨੂੰ ਕਿਵੇਂ ਲੱਗੀ ਫਿਲਮ? ਮਤਲਬ ਬਹੁਤ ਵਧੀਆ ਲੱਗੀ ਹੈ ਜੀ, ਮਤਲਬ ਐਂਟਰਟੇਨ ਹੋਏ ਹੋ, ਹੱਸੇ ਹੋ। ਨਵਾਂ ਜਨਰ ਹੈ ਕਾਮੇਡੀ ਦੇ ਵਿੱਚ, ਹਾਰਰ ਕਾਮੇਡੀ ਪਹਿਲੀ ਵਾਰ ਪੰਜਾਬੀ ਸਿਨੇਮਾ ਚ ਆਈ ਹੈ ਔਰ ਵਰਲਡ ਕਲਾਸ ਫਿਲਮ। ਕੀ ਬਾਤ, ਰਾਈਟ, ਥੈਂਕ ਯੂ ਭਾਜੀ, ਥੈਂਕ ਯੂ ਭਾਈ। ਅਗਲੀ ਅਨਾਊਂਸਮੈਂਟਾਂ ਕੁਝ ਬੇਨਤੀ ਸੱਚੀ, ਉਹ ਪੈਸਾ ਵਸੂਲ ਫਿਲਮ ਹੈ, ਜਾ ਕੇ ਦੇਖ ਕੇ ਆਉਂਗੇ, ਤੁਹਾਨੂੰ ਗਰੰਟੀ ਲੈਣਾ ਵੀ ਤੁਸੀਂ ਫਟਾਫਟ ਹੋਰ ਬੰਦਿਆਂ ਨੂੰ ਲੈ ਕੇ ਜਾਓਗੇ, ਤੁਹਾਨੂੰ ਵਧੀਆ ਲੱਗੂਗੀ। ਚੜ੍ਹਦੀਆਂ ਕਲਾ ਚਲੋ, ਆਪਣੀ ਸਿਹਤ ਦਾ ਖਿਆਲ ਰੱਖੋ, ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੀ ਫਿਲਮ ਨੂੰ ਜ਼ਰੂਰ ਮਾਣ ਕੇ ਆਓ।